75 ਸਾਲਾਂ ਦੇ ਵਿੱਚੋਂ ਬਟਾਲੇ ਦੇ ਵਿੱਚੋਂ ਪਹਿਲੇ ਨੰਬਰ ਤੇ ਕੂੜਾ ਹੀ ਨਹੀਂ ਚੁੱਕਿਆ। ਮੌਜੂਦਾ ਸਰਕਾਰਾਂ ਨੇ ਹਾਲਾਤ ਐਸੇ ਬਣਾ ਦਿੱਤੇ ਬਟਾਲੇ ਦੀ ਇੰਡਸਟਰੀ ਅੱਜ ਬੈਂਤੀ। ਫਿਰ ਵੱਡੀ ਪ੍ਰੋਬਲਮ ਇਹ ਆ ਸਾਡੇ ਬਟਾਲੇ ਦੇ ਵਿੱਚ ਕੋਈ ਐਸਾ ਐਮਰਜੈਂਸੀ ਹਸਪੀਟਲ ਹੀ ਨਹੀਂ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ। ਮੰਨਦੇ ਹੋ ਕਿ ਜਿਹੜੀ ਸਿੱਧੇ ਤੌਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਹੈਲਥ ਸਹੂਲਤਾਂ ਜਾਂ ਵਿਕਾਸ ਜਿਹੜਾ ਉਹ ਵੈਂਟੀਲੇਟਰ ਤੇ ਹੈਗਾ ਤਾਂ ਉਸ ਤਰੀਕੇ ਨਾਲ ਜਿਹੜੀ ਇੱਥੇ ਦੀ ਕਾਨੂੰਨ ਪ੍ਰਣਾਲੀ ਹੈਗੀ ਉਹ ਵੀ ਸਵਾਲਾਂ ਦੇ ਘੇਰੇ ਦੇ ਆਦੀ ਆ। ਮਾਵਾਂ ਪੈਣਾ 7 ਵਜੇ ਤੋਂ ਬਾਅਦ ਬਾਹਰ ਨਿਕਲਣਾ ਪਸੰਦ ਨਹੀਂ ਕਰਦੀ। ਅੱਗੇ ਕਦੀ ਸੋਨੇ ਦੀਆਂ ਚੈਨਾਂ ਪਾਉਂਦੀਆਂ ਸੀ, ਵਾਲੀਆਂ ਪਾਉਂਦੀਆਂ ਸੀ, ਉਹਨਾਂ ਨੂੰ ਪੁੱਛੋ ਕਿਉਂ ਨਹੀਂ ਪਾਉਂਦੀਆਂ, ਡਰਦੀਆਂ ਨਹੀਂ ਪਾਉਂਦੀਆਂ। ਮਾਹੌਲ ਐਸਾ ਬਣ ਗਿਆ, ਮਾਹੌਲ ਐਸਾ ਸਾਡੀਆਂ ਹਕੂਮਤ ਜਿਹੜੀਆਂ ਰਹੀਆਂ ਸਰਕਾਰਾਂ ਨੇ ਉਹਨਾਂ ਨੂੰ ਕਾਂਗਰਸ ਕਿਸ ਮੂੰਹ ਨਾਲ ਵੋਟਾਂ ਮੰਗਦੀ ਹੈ? ਘਰ ਘਰ ਨੌਕਰੀ ਦਿੱਤੀ ਗਈ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਤੇ ਦਿੱਤੇ ਗਏ, ਬੁਢਾਪਾ ਪੈਨਸ਼ਨਾਂ ਲਾ ਦਿੱਤੀਆਂ ਗਈਆਂ ਜਿਹੜੀਆਂ ਕਹੀਆਂ ਸੀ, ਸਮਾਰਟ ਫੋਨ ਦੇ ਦਿੱਤੇ ਗਏ, ਕਾਹਦੇ ਕਰਕੇ ਲੋਕ ਵੋਟ ਪਾਉਣਗੇ ਕਾਂਗਰਸ? ਤੇਰੀ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਹਿੰਦੇ ਕਿ ਬਾਹਰੀ ਪਾਰਟੀ ਹੈ, ਇਲਜ਼ਾਮ ਲਗਾ ਦਿੱਤੇ ਜਾਂਦੇ, ਕਹਿੰਦੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਬੈਠ ਕੇ ਸਾਰਾ ਕੁਝ ਸਾਂਭਣਾ ਚਾਹੁੰਦਾ, ਪੰਜਾਬ ਦੇ ਵੱਸ ਨਹੀਂ ਕੁਝ ਦੇਣਾ ਚਾਹੁੰਦਾ, ਤੇ ਬਹੁਤ ਸਾਰੇ ਆਗੂ ਇਦਾਂ ਦੇ ਨੇ ਜਿਹੜੇ ਪੰਜਾਬ ਲਈ ਗੱਲ ਕਰਦੇ ਸੀ, ਉਹਨਾਂ ਨੂੰ ਸੈਡਲਾਈਨ ਕਰ ਦਿੱਤਾ ਗਿਆ। ਇਹ ਅਕਾਲੀ ਵੀ ਕਹਿੰਦੇ ਨੇ ਵੀ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾ ਜੂ। ਕਾਂਗਰਸ ਵੀ ਕਹਿੰਦੀ ਹੈ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾ ਜੂ। ਆ ਬੀਜੇਪੀ ਵਾਲੇ ਵੀ ਕਹਿੰਦੇ ਨੇ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾ ਜੂ। ਪੰਜਾਬ ਕਰਜ਼ੇ 'ਚ ਹੈ, ਖਜ਼ਾਨਾ ਖਾਲੀ ਹੈ, ਅਸੀਂ ਝਾੜੂ ਵਾਲੇ ਕਹਿੰਦੇ ਹਾਂ ਇੱਕ ਮੌਕਾ ਦੇ ਕੇ ਵੇਖੋ, ਇਹੋ ਪੰਜਾਬ ਤੋਂ ਕਰਜ਼ਾ ਲਾ ਕੇ ਦੱਸਾਂਗੇ ਤੇ ਖਾਲੀ ਖਜ਼ਾਨਾ ਭਰ ਕੇ ਦੱਸਾਂਗੇ। ਸੁੱਚਾ ਸਿੰਘ ਛੋਟੇਪੁਰ ਨਾਲ ਮੇਰੀ ਗੱਲ ਹੋਈ, ਅਸ਼ਵਨੀ ਸ਼ੇਖੜੀ ਨਾਲ ਵੀ ਗੱਲ ਹੋਈ। ਸੁੱਚਾ ਸਿੰਘ ਛੋਟੇਪੁਰ ਕਹਿੰਦੇ ਕਿ ਮੈਂ ਇਸ ਪਾਰਟੀ ਦੇ ਵਿੱਚ ਰਿਹਾ, ਮੈਂ ਜਾਣਦਾ ਕਿ ਪਾਰਟੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚੋਂ ਪੈਸੇ ਇਕੱਠੇ ਕਰਨ ਆਉਂਦੀ, ਬਾਅਦ ਵਿੱਚ ਵਾਪਸ ਆਉਂਦੀ। ਜਦੋਂ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ, ਇੱਕ ਵਾਰੀ ਇਹ ਸੀਗਾ ਕਿ ਪਿਛਲੀ ਵਾਰ 2017 ਦੇ ਵਿੱਚ ਚਿਹਰਾ ਨਹੀਂ ਦਿੱਤਾ ਤਾਂ ਉਸ ਕਰਕੇ ਨੁਕਸਾਨ ਝੱਲਣਾ ਪਿਆ, ਭਗਵੰਤ ਦਾ ਚਿਹਰਾ ਕੀ ਲੱਗਦਾ ਕਿ ਫਾਇਦੇ ਦੀ ਗੱਲ ਹੋਈ? ਮੈਂ ਕਹਿੰਦਾ ਜੀ ਜਦੋਂ ਦਾ ਮਾਨ ਸਾਹਿਬ ਦਾ ਚਿਹਰਾ ਅਨਾਊਂਸ ਹੋਇਆ ਅੱਗੇ ਅਸੀਂ 70% ਦੀ ਸਪੀਡ ਚੱਲਦੀ ਸੀ, ਹੁਣ 70 ਤੋਂ 120 ਤੇ ਹੋ ਗਈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਅਸੀਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿੱਚ ਹੈਗੇ ਹਾਂ ਅਤੇ ਸ਼ਹਿਰੀ ਕਲਸੀ ਇਸ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਾਅਵੇਦਾਰੀ ਠੁੱਕ ਰਹੇ ਨੇ ਕਿ ਇਸ ਵਕਤ ਬਟਾਲੇ ਦੇ ਲੋਕਾਂ ਦੀ ਆਵਾਜ਼ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲ ਜਾਣਾ ਹੈਗਾ। ਸ਼ਹਿਰੀ ਸਾਡੇ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਹਲਕੇ ਦੇ ਹਾਲ ਕੀ ਹੈਗੇ ਨੇ। ਸ਼ਹਿਰੀ ਸਭ ਤੋਂ ਪਹਿਲਾਂ ਤਾਂ ਹਾਲ ਚਾਲ ਕੀ ਹੈਗੇ, ਇਸੇ ਲੋਕਾਂ ਦੇ ਵਿੱਚ ਘੁੰਮ ਰਹੇ ਹੋਣਗੇ, ਕੀ ਨਜ਼ਰ ਕੀ ਆ ਰਿਹਾ ਹੈਗਾ? ਪਹਿਲਾਂ ਤਾਂ ਰੋਜ਼ਾਨਾ ਸਪੋਕਸਮੈਨ ਵਾਲਿਆਂ ਦਾ ਧੰਨਵਾਦ ਹੈ, ਤੁਸੀਂ ਬਟਾਲੇ ਪਹੁੰਚੇ ਹੋ, ਸਾਡਾ ਬਟਾਲਾ ਦੇਖਿਆ, ਹਲਕੇ ਦੇ ਲੋਕਾਂ ਦਾ ਬਹੁਤ ਵਧੀਆ ਰੁਝਾਨ ਹੈ, ਚੇਂਜ ਮੰਗਦੇ, ਬਦਲਾਅ ਮੰਗਦੇ ਨੇ। ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿਹੜੀਆਂ ਇੱਦਾਂ ਦੀਆਂ ਦਿੱਕਤਾਂ ਤੁਹਾਨੂੰ ਲੱਗਦੀਆਂ ਜਿਹੜੀਆਂ ਪਿਛਲੇ 5, 10, 15 ਸਾਲਾਂ ਦੇ ਵਿੱਚ ਹੱਲ ਨਹੀਂ ਹੋਈਆਂ ਅਤੇ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਇਹਨਾਂ ਨੂੰ ਹੱਲ ਕਰਾਇਆ ਜਾਊਗਾ? ਹੋਇਆ ਹੀ ਕੁਛ ਨਹੀਂ, 75 ਸਾਲਾਂ ਦੇ ਵਿੱਚੋਂ ਬਟਾਲੇ ਦੇ ਵਿੱਚੋਂ ਪਹਿਲੇ ਨੰਬਰ 'ਤੇ ਕੂੜਾ ਹੀ ਨਹੀਂ ਚੁੱਕਿਆ ਗਿਆ। ਦੂਸਰੇ ਨੰਬਰ 'ਤੇ ਇੰਡਸਟਰੀ ਸੀ ਜਿਹੜੀ ਸਾਡੀ ਬਟਾਲੇ ਦੀ, ਜੀ ਬਹੁਤ ਜ਼ਿਆਦਾ ਡਿਵੈਲਪ ਸੀ, ਬਾਹਰ ਦੇ ਲੋਕ ਆਉਂਦੇ ਸੀ, ਇੱਥੇ ਮਸ਼ੀਨਾਂ ਖਰੀਦਦੇ ਸੀ। ਮੌਜੂਦਾ ਸਰਕਾਰਾਂ ਨੇ ਹਾਲਾਤ ਐਸੇ ਬਣਾ ਦਿੱਤੇ ਬਟਾਲੇ ਦੀ ਇੰਡਸਟਰੀ ਅੱਜ ਵੈਂਟੀਲੇਟਰ 'ਤੇ ਹੈ। ਕਸੂਰ ਕਿਹਨਾਂ ਦਾ? ਇਹ ਰਵਾਇਤੀ ਸਰਕਾਰਾਂ ਦਾ ਹੀ ਹੈ ਜਿਹਨਾਂ ਨੇ ਰਾਜਭਾਗ ਹੰਡਾਏ ਨੇ, ਉਹਨਾਂ ਨੇ ਆਪਣੇ ਆਪ ਜ਼ਰੂਰ ਵੇਖਿਆ, ਉਹਨਾਂ ਨੇ ਲੋਕਾਂ ਵੱਲ ਵੀ ਵੇਖਿਆ। ਸੋ ਫਿਰ ਵੱਡੀ ਪ੍ਰੋਬਲਮ ਇਹ ਹੈ ਸਾਡੇ ਬਟਾਲੇ ਦੇ ਵਿੱਚ ਕੋਈ ਐਸਾ ਐਮਰਜੈਂਸੀ ਹਸਪੀਟਲ ਹੀ ਨਹੀਂ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ। ਕੋਈ ਵੀ ਐਮਰਜੈਂਸੀ ਕੇਸ ਆਉਂਦਾ ਹੈ ਉਹਨੂੰ ਨਾਲ ਹੀ ਸਾਨੂੰ ਰੈਫਰ ਕਰਨਾ ਪੈਂਦਾ ਵੀ ਅੰਮ੍ਰਿਤਸਰ ਲੈ ਜਾ। ਬੜੇ ਦੁੱਖ ਦੀ ਗੱਲ ਹੈ, ਬੜਾ ਤਕੜਾ ਘਾਟਾ ਹੈ ਸਾਡੇ ਬਟਾਲੇ। ਇੱਥੇ ਸੁਨਿਆਰੇ ਨੂੰ, ਦੀਪਕ ਸੁਨਿਆਰਾ ਜਿਊਲਰ ਸੀ, ਉਹਨੂੰ ਗੋਲੀ ਵੱਜੀ, ਉਹਨੂੰ ਐਮਰਜੈਂਸੀ ਦੇ ਵਿੱਚ ਸਰਕਾਰੀ ਹਸਪੀਟਲ ਲੈ ਕੇ ਆਉਂਦਾ, ਲੁੱਟ ਖੋਹ ਕਰਨ ਆਇਆ ਸੀ, ਉਹਨਾਂ ਨੇ ਗੋਲੀ ਚਲਾ ਦਿੱਤੀ। ਉਹਨਾਂ ਨੂੰ ਜਦੋਂ ਲੈ ਕੇ ਆਉਂਦਾ ਇੱਥੋਂ ਰੈਫਰ ਕੀਤਾ ਤੇ ਨਾਲ ਹੀ ਕੱਥੂ ਨੰਗਲ ਤੋਂ ਅੱਗੇ ਜਾ ਕੇ ਉਹਦੀ ਡੈਥ ਹੋ ਜਾਂਦੀ। ਸੋ ਕਹਿਣ ਦਾ ਭਾਵ ਦੁੱਖ ਲੱਗਦਾ ਹੈ, ਐਮਰਜੈਂਸੀ ਵਾਸਤੇ ਹਸਪੀਟਲ ਵੀ ਨਹੀਂ ਹੈ।
ਤੁਸੀਂ ਬੜਾ ਇੱਕ ਅਹਿਮ ਪੁਆਇੰਟ ਦਾ ਜ਼ਿਕਰ ਕੀਤਾ ਕਿ ਹਾਲਾਤ ਨਾਜ਼ੁਕ ਨੇ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਹਿੰਦੇ ਕਿ ਇਸ ਏਰੀਏ ਦੇ ਵਿੱਚ ਬਹੁਤ ਵੱਧ ਗਈਆਂ ਪਿਛਲੇ ਸਮੇਂ ਦੇ ਦੌਰਾਨ। ਮੰਨਦੇ ਹੋ ਕਿ ਜਿਹੜੀ ਸਿੱਧੇ ਤੌਰ 'ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਹੈਲਥ ਸਹੂਲਤਾਂ ਜਾਂ ਵਿਕਾਸ ਜਿਹੜਾ ਉਹ ਵੈਂਟੀਲੇਟਰ 'ਤੇ ਹੈਗਾ, ਤਾਂ ਉਸ ਤਰੀਕੇ ਨਾਲ ਜਿਹੜੀ ਇੱਥੇ ਦੀ ਕਾਨੂੰਨ ਪ੍ਰਣਾਲੀ ਹੈਗੀ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ? ਬਿਲਕੁਲ ਜੀ, ਵੇਖੋ ਮੈਂ ਤੁਹਾਨੂੰ ਦੱਸਦਾ ਵੀ ਸਾਡੀਆਂ ਮਾਵਾਂ ਭੈਣਾਂ 7 ਵਜੇ ਤੋਂ ਬਾਅਦ ਬਾਹਰ ਨਿਕਲਣਾ ਪਸੰਦ ਨਹੀਂ ਕਰਦੀਆਂ। ਅੱਗੇ ਕਦੀ ਸੋਨੇ ਦੀਆਂ ਚੈਨਾਂ ਪਾਉਂਦੀਆਂ ਸੀ, ਵਾਲੀਆਂ ਪਾਉਂਦੀਆਂ ਸੀ, ਉਹਨਾਂ ਨੂੰ ਪੁੱਛੋ ਕਿਉਂ ਨਹੀਂ ਪਾਉਂਦੀਆਂ, ਡਰਦੀਆਂ ਨਹੀਂ ਪਾਉਂਦੀਆਂ, ਡਰ ਲੱਗਦਾ। ਮਾਹੌਲ ਐਸਾ ਬਣ ਗਿਆ, ਮਾਹੌਲ ਐਸਾ ਸਾਡੀਆਂ ਹਕੂਮਤ ਜਿਹੜੀਆਂ ਰਹੀਆਂ ਸਰਕਾਰਾਂ ਨੇ ਉਹਨਾਂ ਨੇ ਬਣਾ ਦਿੱਤਾ। ਸੋ ਇਹ ਹੈ ਵੀ ਆਮ ਆਦਮੀ ਪਾਰਟੀ ਜਦੋਂ ਆਉਂਦੀ ਹੈ ਦਿੱਲੀ ਦੇ ਵਿੱਚ ਫਰਕ ਪੈ ਗਿਆ ਜੀ। ਹੁਣ ਪੰਜਾਬ ਚ ਪਾਉਣਾ ਚਾਹੁੰਦੇ, ਨਸ਼ੇ ਦੀ ਸਮੱਸਿਆ ਵੀ ਇਸ ਇਲਾਕੇ ਦੇ ਵਿੱਚ ਵੱਡੀ। ਬਿਲਕੁਲ ਜੀ, ਨਸ਼ਾ ਸਾਡੀ ਜਵਾਨੀ ਹੈ, ਬੱਚੇ ਜਵਾਨ ਹੁੰਦੇ 10th ਕਰਦੇ, ਉਹਨਾਂ ਨੂੰ ਪੁੱਛੋ ਕੀ ਕਰਨਾ, ਕਹਿੰਦੇ ਆਈਲੈਟਸ ਕਰਕੇ ਬਾਹਰ ਜਾਣਾ। ਕੁਝ ਵਿਚਾਰੇ ਬੇਰੁਜ਼ਗਾਰ ਨੇ, ਜਿਹੜਾ ਸਾਡੀ ਕਹਿ ਸਕਦੇ ਕੁਝ ਬੇਰੁਜ਼ਗਾਰ ਨੇ ਤੇ ਕੁਝ ਵਿਚਾਰੇ ਨੇ ਜਿਹੜੇ ਉਹ ਗਲਤ ਸੁਸਾਇਟੀ ਚ ਨਸ਼ਿਆਂ ਚ ਪੈ ਗਏ। ਸੋ ਸਾਡਾ ਪੰਜਾਬ ਉੜਦਾ ਜਾ ਰਿਹਾ, ਸ਼ਰਮ ਆਉਂਦੀ ਹੈ ਸਾਨੂੰ ਵੀ ਸਾਡੇ ਪੰਜਾਬ ਦੇ ਉੜਦਾ ਪੰਜਾਬ ਦੇ ਨਾਂ ਤੇ ਫਿਲਮਾਂ ਬਣਦੀਆਂ ਨੇ। ਉਹ ਪੰਜਾਬ ਹੈ ਜਿਹੜਾ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਸ਼ਰੀ, ਜਦੋਂ ਅਸੀਂ ਗੱਲ ਕਰਦੇ ਹਾਂ ਮੁਕਾਬਲਾ ਕਿਸ ਤਰੀਕੇ ਨਾਲ ਦੇਖਦੇ ਹੋ, ਇੱਕ ਪਾਸੇ ਫਤਿਹ ਜੰਗ ਬਾਜਵਾ ਜਿਹੜੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਗਏ ਉਹ ਚੋਣ ਮੈਦਾਨ ਦੇ ਵਿੱਚ ਨੇ ਬਟਾਲਾ ਤੋਂ, ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਰਹੇ ਤਾਂ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਿਲ ਨੇ, ਆਪਣੀ ਪਾਰਟੀ ਬਣਾਉਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਨੇ, ਤੇ ਤੀਸਰੇ ਪਾਸੇ ਅਸ਼ਵਨੀ ਸ਼ੇਖੜੀ ਹੈਗੇ ਨੇ ਉਹ ਵੀ ਚੰਗਾ ਵੱਡਾ ਰਸੂਖ ਰੱਖਦੇ ਨੇ ਕਾਂਗਰਸ ਦੇ ਵਿੱਚ। ਮੁਕਾਬਲਾ ਕਿਹਦੇ ਨਾਲ ਹੈਗਾ ਤੁਹਾਡਾ ਇਸ ਵੇਲੇ? ਅਸੀਂ ਨਿਮਾਣੇ ਆ ਜੀ, ਸੰਗਤ ਦੇ ਰੂਬਰੂ ਆ, ਸੰਗਤ ਚ ਰਹਿੰਦੇ ਆ। ਮੁਕਾਬਲਾ ਉਹਨਾਂ ਨੂੰ ਪੁੱਛ ਲਓ ਕਿੰਨਾ ਨਾਲ ਹੈ, ਅਸੀਂ ਤੇ ਆਪਣੀ ਲੀਗ ਖਿੱਚ ਰਹੇ ਹਾਂ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਔਰ ਮੈਨੂੰ ਮਾਣ ਹੈ, ਜਿੰਨਾ ਮਾਣ ਪਿਆਰ ਸਤਿਕਾਰ ਮਿਲ ਰਿਹਾ ਮੈਨੂੰ ਲੱਗਦਾ ਨਹੀਂ ਸ਼ਾਇਦ ਇਹਨਾਂ ਸਾਰੀਆਂ ਪਾਰਟੀਆਂ 'ਚ ਕਿਸੇ ਨੂੰ ਮਿਲਦਾ ਹੋਵੇ। ਕਿਉਂਕਿ ਕੀਤਾ ਕੀ ਹੈ, ਕਾਂਗਰਸ ਕਿਸ ਮੂੰਹ ਨਾਲ ਵੋਟਾਂ ਮੰਗਦੀ ਹੈ? ਘਰ ਘਰ ਨੌਕਰੀ ਦਿੱਤੀ ਗਈ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਤੇ ਦਿੱਤੇ ਗਏ, ਬੁਢਾਪਾ ਪੈਨਸ਼ਨਾਂ ਲਾ ਦਿੱਤੀਆਂ ਗਈਆਂ ਜਿਹੜੀਆਂ ਕਹੀਆਂ ਸੀ, ਸਮਾਰਟ ਫੋਨ ਦੇ ਦਿੱਤੇ ਗਏ, ਕਾਹਦੇ ਕਰਕੇ ਲੋਕ ਵੋਟ ਪਾਉਣਗੇ ਕਾਂਗਰਸ? ਅਕਾਲੀ ਦਲ ਉਹ ਆ 5 ਸਾਲ ਹੋਏ ਜਿਹੜੀ ਗਈ ਹੈ, ਲੋਕਾਂ ਨੂੰ ਇਹ ਹੈ ਵੀ ਅਕਾਲੀ ਵੀ ਹੁਣੇ ਹੀ ਗਏ ਨੇ ਹਲੇ, ਕਾਂਗਰਸ ਵੇਖ ਲਈ ਹੈ ਐਰ ਕੀ ਮਨ ਬਣ ਗਏ ਨੇ ਵੀ ਤੀਜੀ ਪਾਰਟੀ ਨੂੰ ਮੌਕਾ ਦੇਣਾ। ਆ ਝੰਡੇ ਉਹ ਕਹਿੰਦੇ ਨੇ ਇਹਨਾਂ ਪਾਰਟੀਆਂ ਦੂਜੀਆਂ ਕੋਲ ਝੰਡੇ ਬੜੇ ਨੇ, ਇਹਨਾਂ ਕੋਲ ਬੰਦੇ ਹੈ ਨੀ, ਸਾਡੇ ਕੋਲ ਬੰਦੇ ਬੜੇ ਨੇ, ਸਾਡੇ ਕੋਲ ਝੰਡੇ ਹੈ ਨੀ। ਮੈਂ ਝੰਡੇ ਕਿਤੇ ਲੱਗੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਮਾਹੌਲ ਹੈ, ਕਹਿੰਦੇ ਭਾਜੀ ਝੰਡਿਆਂ ਦੇ ਨਾ ਜਾਇਓ, ਥੱਲੇ ਝਾੜੂ ਫਿਰ ਗਿਆ ਜੇ। ਸੋ ਇਹ ਹਾਲਾਤ ਆ, ਲੋਕਾਂ ਦਾ ਮਨ ਬਣ ਚੁੱਕਿਆ ਹੈ। ਔਰ ਵਾਕਿਆ ਹੀ ਇੱਕ ਮਨ ਦੀ ਰੀਝ ਹੈ, ਆਏ ਆ ਜਿੱਦਣ ਜਾਣਾ ਘਰਦਿਆਂ ਨੇ ਕੱਪੜੇ ਵੀ ਲਾ ਲੈਣੇ ਨੇ ਵੀ ਨਾਲ ਨਹੀਂ ਜਾਣੇ, ਖਾਲੀ ਆਇਆ ਬੰਦਾ ਖਾਲੀ ਤੁਰ ਜਾਣਾ, ਆਏ ਆ ਇਸੇ ਸ਼ਹਿਰ ਦੀਆਂ ਗਲੀਆਂ 'ਚ ਖੇਡੇ ਮੱਲੇ ਆ, ਇਸ ਸ਼ਹਿਰ ਲਈ ਕੁਝ ਕਰਨਾ ਚਾਹੁੰਦੇ, ਆਪਣੇ ਬਜ਼ੁਰਗਾਂ ਲਈ ਕੁਝ ਕਰਨਾ ਚਾਹੁੰਦੇ, ਆਪਣੇ ਬਟਾਲੇ ਪਰਿਵਾਰ ਲਈ ਕੁਝ ਐਸਾ ਕਰਕੇ ਜਾਣਾ ਚਾਹੁੰਦੇ ਆ ਵੀ ਜੇ ਕੱਲ ਨੂੰ ਜਾਣੇ ਆ ਇਸ ਦੁਨੀਆਂ ਤੋਂ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਇਹ ਕਹਿਣ ਵੀ ਆਏ ਸੀ ਕੁਝ ਵਧੀਆ ਕਰਦੇ। ਸ਼ਰੀ, ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਹਿੰਦੇ ਕਿ ਬਾਹਰੀ ਪਾਰਟੀ ਹੈ, ਇਲਜ਼ਾਮ ਲਗਾ ਦਿੱਤੇ ਜਾਂਦੇ ਕਹਿੰਦੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਬੈਠ ਕੇ ਸਾਰਾ ਕੁਝ ਸਾਂਭਣਾ ਚਾਹੁੰਦਾ, ਪੰਜਾਬ ਦੇ ਵਾਸੀ ਨਹੀਂ ਕੁਝ ਦੇਣਾ ਚਾਹੁੰਦਾ, ਤੇ ਬਹੁਤ ਸਾਰੇ ਆਗੂ ਇਦਾਂ ਦੇ ਨੇ ਜਿਹੜੇ ਪੰਜਾਬ ਲਈ ਗੱਲ ਕਰਦੇ ਸੀ, ਉਹਨਾਂ ਨੂੰ ਸੈਡਲਾਈਨ ਕਰ ਦਿੱਤਾ ਗਿਆ। ਇਹ ਅਕਾਲੀ ਵੀ ਕਹਿੰਦੇ ਨੇ ਵੀ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾਜੂ, ਕਾਂਗਰਸ ਵੀ ਕਹਿੰਦੀ ਹੈ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾਜੂ, ਆ ਬੀਜੇਪੀ ਵਾਲੇ ਵੀ ਕਹਿੰਦੇ ਨੇ ਜੇ ਕੇਜਰੀਵਾਲ ਆ ਗਿਆ ਪੰਜਾਬ ਨੂੰ ਲੁੱਟ ਕੇ ਖਾਜੂ। 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਤੇ ਮੈਂ ਕਿਸੇ ਮੰਤਰੀ ਦੀ ਸਿਫਤ ਨਹੀਂ ਕਰਦਾ ਸਿਵਾਏ ਮਨਪ੍ਰੀਤ ਬਾਦਲ ਤੋਂ। 5 ਸਾਲਾਂ 'ਚ ਜਦੋਂ ਵੀ ਪੱਤਰਕਾਰਾਂ ਨੇ ਉਹਨਾਂ ਨੂੰ ਖਜ਼ਾਨੇ ਵੱਲੋਂ ਗੱਲ ਕੀਤੀ, ਖਜ਼ਾਨੇ ਵੱਲੋਂ ਸਵਾਲ ਕੀਤਾ ਤੇ ਉਹਨਾਂ ਨੇ ਕਿਹਾ ਖਜ਼ਾਨਾ ਖਾਲੀ, ਇਹ ਬਟਾਲੇ ਵਾਲਿਆਂ ਨੂੰ ਵੀ ਪਤਾ ਹੈ ਖਾਲੀ ਹੈ। ਖਾਲੀ ਉਸੇ 'ਚੋਂ ਚੀਜ਼ ਚੁੱਕੀ ਜਾਂਦੀ ਹੈ ਜਿਹਦੇ 'ਚ ਪਈ ਹੋਵੇ। ਪੰਜਾਬ ਕਰਜ਼ੇ 'ਚ ਹੈ, ਖਜ਼ਾਨਾ ਖਾਲੀ ਹੈ। ਅਸੀਂ ਝਾੜੂ ਵਾਲੇ ਕਹਿੰਦੇ ਹਾਂ ਇੱਕ ਮੌਕਾ ਦੇ ਕੇ ਵੇਖੋ, ਇਹੋ ਪੰਜਾਬ ਤੋਂ ਕਰਜ਼ਾ ਲਾ ਕੇ ਦੱਸਾਂਗੇ ਤੇ ਖਾਲੀ ਖਜ਼ਾਨਾ ਭਰ ਕੇ ਦੱਸਾਂਗੇ। ਸੁੱਚਾ ਸਿੰਘ ਛੋਟੇਪੁਰ ਨਾਲ ਮੇਰੀ ਗੱਲ ਹੋਈ, ਅਸ਼ਵਨੀ ਸ਼ੇਖੜੀ ਨਾਲ ਵੀ ਗੱਲ ਹੋਈ। ਸੁੱਚਾ ਸਿੰਘ ਛੋਟੇਪੁਰ ਕਹਿੰਦੇ ਕਿ ਮੈਂ ਇਸ ਪਾਰਟੀ ਦੇ ਵਿੱਚ ਰਿਹਾ, ਮੈਂ ਜਾਣਦਾ ਕਿ ਪਾਰਟੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚੋਂ ਪੈਸੇ ਇਕੱਠੇ ਕਰਨ ਆਉਂਦੀ, ਬਾਅਦ ਵਿੱਚ ਵਾਪਸ ਚਲੇ ਜਾਂਦੀ। ਵੱਡੇ ਇਲਜ਼ਾਮ ਨੇ
ਮੈਂ ਇੱਕ ਗੱਲ ਦੱਸਦਿਆਂ ਜੀ, ਮੈਂ ਤੇ ਕਿਸੇ ਨੂੰ ਰੁਪਈਆ ਨਹੀਂ ਦੇ ਦਿੱਤਾ। ਮੈਨੂੰ ਮੇਰੀ ਮਿਹਨਤ ਨੇ ਇੱਥੋਂ ਤੱਕ ਲੈ ਕੇ ਆਂਦਾ ਔਰ ਮੈਂ ਆਪਣੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ। ਮੈਂ ਇੱਕ ਸਿਸਟਮ ਦੀ ਲੜਾਈ ਲੜ ਰਿਹਾ, ਸਾਡੀਆਂ ਮਾਵਾਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਜੋ ਇੱਕ ਸਿਸਟਮ ਹੈ ਵਧੀਆ ਨਹੀਂ ਦੇ ਸਕੇ, ਉਹ ਸਿਸਟਮ ਇਹਨਾਂ ਨੂੰ ਦੇਣਾ ਚਾਹੁੰਦੇ ਹਾਂ। ਕੋਈ ਵੀ ਸਰਕਾਰੀ ਕੰਮ ਹੈ, ਚਾਰ ਚਾਰ ਪੰਜ ਪੰਜ ਗੇੜੇ ਵੱਜਦੇ ਨੇ। ਐਸੇ ਦਫ਼ਤਰ ਤਿਆਰ ਕਰਨੇ ਚਾਹੁੰਦੇ ਹਾਂ ਵੀ ਪਹਿਲਾਂ ਉਹ ਦਫ਼ਤਰ 'ਚ ਪਹੁੰਚਣ, ਉਹਨਾਂ ਨੂੰ ਚਾਹ ਪਾਣੀ ਪੁੱਛੀ ਜਾਵੇ, ਉਹ ਤੋਂ ਬਾਅਦ ਉਹਨਾਂ ਦਾ ਕੰਮ ਹੋਇਆ ਹੋਵੇ, ਉਹਨਾਂ ਨੂੰ ਫੋਨ ਜਾਵੇ ਵੀ ਤੁਹਾਡਾ ਕੰਮ ਹੋ ਗਿਆ ਕਿਵੇਂ, ਜਨਤਾ ਸੁਖੀ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਦਿੱਲੀ 'ਚ ਕੀਤੀ ਹੈ। ਸ਼ਰੀ, ਨੌਜਵਾਨਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ, ਮੰਨਦੇ ਹੋ ਕਿ ਨੌਜਵਾਨਾਂ ਨੂੰ ਨਾਲ ਜੋੜਨਾ ਪਵੇਗਾ? ਪਰ ਅੱਜ ਦਾ ਸਮਾਂ ਇਹ ਹੈ ਕਿ ਨੌਜਵਾਨ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ, ਪਲੱਸ ਟੂ ਤੋਂ ਬਾਅਦ ਕੀ ਸੋਚਦੇ ਨੇ ਕਿ ਆਲਸ ਕਰਨੀ ਹੈ ਅਤੇ ਬਾਹਰ ਜਾਣਾ ਹੈਗਾ। ਲੱਗਦਾ ਕਿ ਵੱਡੀ ਤ੍ਰਾਸਦੀ ਰਹੀ ਹੈ ਸਾਡੀ ਸਿਆਸਤ ਦੀ ਜਾਂ ਪੰਜਾਬ ਦੇ ਲੋਕਾਂ ਦੀ ਕਿ ਉਹ ਇਸ ਸਿਸਟਮ ਨੂੰ ਸਾਂਭ ਨਹੀਂ ਸਕੇ, ਨੌਜਵਾਨੀ ਬਾਹਰ ਵੱਲ ਨੂੰ ਰੁੱਖ ਕਰ ਗਈ ਸਾਰੀ? ਕਾਰਨ ਕੀ ਆ, ਰੀਜ਼ਨ ਕੀ ਹੈ? 2004 ਤੋਂ ਬਾਅਦ ਜਿਹੜੀ ਭਰਤੀ ਹੁੰਦੀ ਹੈ ਉਹਦੀ ਪੈਨਸ਼ਨ ਨਹੀਂ। ਇੱਕ ਬੰਦਾ ਸਾਰੀ ਉਮਰ ਆਪਣੀ ਨੌਕਰੀ 'ਤੇ ਲਾ ਦਿੰਦਾ, ਉਹਦੇ ਪੈਸੇ ਜਿਹੜੇ ਨੇ ਉਹ ਸ਼ੇਅਰ ਮਾਰਕੀਟ 'ਚ ਰੱਖੇ ਜਾਂਦੇ। ਇਨ ਕੇਸ ਸਾਰੀ ਉਮਰ ਲੱਗ ਗਈ, ਬਜ਼ੁਰਗ ਹੋ ਗਿਆ, ਬਜ਼ੁਰਗ ਟਾਈਮ 'ਤੇ ਹੁਣ ਰੋਟੀ ਬਹਿ ਕੇ ਖਾਣੀ ਹੈ, ਜੇ ਸ਼ੇਅਰ ਮਾਰਕੀਟ ਡਾਊਨ ਚਲੇ ਜਾਂਦੀ ਹੈ ਉਹਨਾਂ ਨੂੰ ਲੱਗਦਾ ਹੈ ਵੀ ਆਪਾਂ ਇੱਥੇ ਸਮਾਂ ਵੇਸਟ ਨਾ ਕਰੀਏ। ਆਖਿਰਕਾਰ ਕੰਮ ਤਾਂ ਸਾਡੀਆਂ ਸਰਕਾਰਾਂ ਨੇ ਲੈ ਕੇ ਦੇਣੇ ਨੇ। ਜੇ ਬਟਾਲੇ ਦੀ ਗੱਲ ਕਰੀਏ, ਇੱਥੇ ਰੁਜ਼ਗਾਰ ਕਿਹਨੇ ਪੈਦਾ ਕਰਨਾ? ਸਾਡੀਆਂ ਸਰਕਾਰਾਂ ਨੇ, ਸਾਡੇ ਆਗੂਆਂ ਨੇ, ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਬਣਾਉਂਦੇ ਰਹੇ ਹਾਂ। ਕੋਈ ਵੱਡੀਆਂ ਇੰਡਸਟਰੀਆਂ ਆਉਣ, ਕੋਈ ਬਟਾਲੇ ਨੂੰ ਇੱਕ ਵਧੀਆ ਵਿਕਾਸ ਦੇ ਨਾਂ 'ਤੇ ਜਾਣਿਆ ਜਾਵੇ। ਅੱਜ ਸਾਡੇ ਬਟਾਲੇ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ, ਬਾਕੀ ਸ਼ਹਿਰਾਂ ਦੇ ਨਾਲੋਂ। ਮੈਂ ਛੋਟਾ ਸੀ, ਸਾਡੀ ਜਲੰਧਰ ਰਿਸ਼ਤੇਦਾਰੀ ਹੈ, ਆਪਾਂ ਬਟਾਲੇ ਤੋਂ ਰਹੀਏ ਜਾਂਦੇ ਹਾਂ, ਉਹੋ ਹੀ ਸਿੰਗਲ ਸੜਕ, ਸਿੰਗਲ ਰੋਡ। ਫਰਕ ਇਹ ਹੈ ਅੱਗੇ ਨੀਵੀਂ ਸੀ ਤੇ ਹੁਣ ਉੱਚੀ ਹੋ ਗਈ ਹੈ, ਲੋਕਾਂ ਦੇ ਮਕਾਨ ਨੀਵੇਂ ਹੋ ਗਏ ਨੇ, ਅੱਗੇ ਉੱਚੇ ਸੀ, ਹੁਣ ਸੜਕ ਉੱਚੀ ਹੋ ਗਈ ਹੈ। ਜਿਹੜੇ ਲੀਡਰ 75 ਸਾਲਾਂ 'ਚ ਸੜਕ ਦੀ ਡਿਵੈਲਪਮੈਂਟ ਨਹੀਂ ਕਰ ਸਕੇ, ਜੇ ਇਕੱਲੀ ਸੜਕ ਹੀ ਡਬਲ ਬਣ ਜਾਏ ਨਾ, ਸਾਡਾ ਕਿੰਨਾ ਆਵਾਜਾਈ ਦਾ ਸਰਕਲ ਵੱਧ ਜਾਂਦਾ। ਉਸ ਤੋਂ ਬਾਅਦ ਡੇਰਾ ਬਾਬਾ ਨਾਨਕ, ਬਾਹਰੋਂ ਸੰਗਤ ਆਉਂਦੀ ਹੈ, ਅੰਮ੍ਰਿਤਸਰ ਰਾਤ ਸਟੇ ਕਰਦੀ ਹੈ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਮੱਥਾ ਟੇਕਣ ਜਾਂਦੀ, ਫਿਰ ਵਾਪਸੀ ਜਾਂਦੀ ਹੈ, ਫਿਰ ਅੰਮ੍ਰਿਤਸਰ ਰਹਿੰਦੀ ਹੈ, ਫਿਰ ਵਾਪਸੀ ਜਿਹੜੀ ਦਿੱਲੀ ਨੂੰ ਆਉਂਦੀ, ਦਿੱਲੀ ਨੂੰ ਚਲੇ ਜਾਂਦੀ। ਜੇ ਇਹੋ ਰੂਟ ਆਪਾਂ ਇਹਨੂੰ ਡਬਲ ਕਰ ਦਈਏ ਬਟਾਲੇ ਵਾਲਾ, ਹਾਂ, ਹੁਣ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਹੈ। ਇੱਥੇ ਸਭ ਤੋਂ ਵੱਡੀ ਗੱਲ, ਇੱਕ ਪੁਰਾਣਾ ਪ੍ਰਾਚੀਨ ਕਾਲੀ ਦੁਆਰੇ ਮੰਦਰ ਹੈ ਸਾਡੇ, ਸ਼ਨੀਦੇਵ ਮੰਦਰ ਹੈ, ਫਿਰ ਵੱਡੀ ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਵਿਆਹੁਣ ਆਏ ਨੇ, ਕੰਧ ਸਾਹਿਬ ਗੁਰਦੁਆਰਾ, ਫਿਰ ਇੱਥੇ ਪੁਰਾਣੀਆਂ ਇਮਾਰਤਾਂ ਨੇ, ਇਤਿਹਾਸਿਕ ਸ਼ਹਿਰ ਵਜੋਂ ਡਿਵੈਲਪ ਹੋ ਸਕਦਾ ਪਰ ਕੀਤਾ ਨਹੀਂ ਜਾ ਰਿਹਾ, ਨੀਅਤ ਨਹੀਂ ਹੈਗੀ। ਸ਼ਰੀ, ਜਦੋਂ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ, ਇੱਕ ਵਾਰੀ ਇਹ ਸੀਗਾ ਕਿ ਪਿਛਲੀ ਵਾਰ 2017 ਦੇ ਵਿੱਚ ਚਿਹਰਾ ਨਹੀਂ ਦਿੱਤਾ ਤਾਂ ਉਸ ਕਰਕੇ ਨੁਕਸਾਨ ਝੱਲਣਾ ਪਿਆ, ਭਗਵੰਤ ਦਾ ਚਿਹਰਾ ਕੀ ਲੱਗਦਾ ਕਿ ਫਾਇਦੇ ਦੀ ਗੱਲ ਹੋਈ? ਮੈਂ ਕਹਿੰਦਾ ਜੀ, ਜਦੋਂ ਦਾ ਮਾਨ ਸਾਹਿਬ ਦਾ ਚਿਹਰਾ ਅਨਾਊਂਸ ਹੋਇਆ, ਅੱਗੇ ਅਸੀਂ 70% ਦੀ ਸਪੀਡ ਚੱਲਦੀ ਸੀ, ਹੁਣ 70 ਤੋਂ 120 ਤੇ ਹੋ ਗਈ। ਪਿੰਡਾਂ ਵਾਲੇ ਤੇ ਉਤਰੇ ਚੁੱਕੀ ਫਿਰਦੇ ਨੇ ਵੀ 22 ਆ ਗਿਆ, ਫਿਰ ਵੱਡੀ ਗੱਲ ਇੱਕ ਹੈ, ਉਹ ਲੀਡਰ ਨੇ ਸਾਡੇ ਵਾਲੇ ਜਿਹੜੇ ਝਾੜੂ ਵਾਲੇ ਨੇ ਨਾ, ਸਾਡੇ ਵੀ ਬਟਾਲੇ 'ਚ ਜਿੰਨੇ ਵੀ ਲੀਡਰ ਨੇ ਸਾਰੇ ਮਗਰ ਸਾਹਿਬ ਲੱਗਦਾ, ਦੇਖ ਲਓ ਲੱਗਦਾ ਕਿ ਨਹੀਂ। ਇਹ ਇਕੱਲਾ ਮੈਂ ਹੀ ਹਾਂ ਜਿਹਦੇ ਮਗਰ ਸ਼ੈਰੀ ਲੱਗਦਾ, ਕਿਉਂ ਲੱਗਦਾ ਵੀ ਆਪਣਾ ਹੈ। ਔਰ ਮਾਨ ਸਾਹਿਬ ਨੂੰ ਇਹ ਬੜੀ ਖੁਸ਼ੀ ਸਾਨੂੰ ਹੁੰਦੀ ਹੈ, ਉਹਨੂੰ ਇਹ ਨਹੀਂ ਕਹਿੰਦੇ ਮੁੱਖ ਮੰਤਰੀ ਆ ਗਿਆ ਜਾਂ ਮੁੱਖ ਮੰਤਰੀ ਦਾ ਚਿਹਰਾ ਆ ਗਿਆ, ਨਹੀਂ, ਸਾਡਾ ਬਾਈ ਆ ਗਿਆ। ਐਸੇ ਜਿਹੜੇ ਜਦੋਂ ਇਹ ਗੱਲਾਂ ਲੋਕ ਕਹਿੰਦੇ ਨੇ, ਉਹ ਇੱਥੋਂ ਦਿਲੋਂ ਬੋਲਦੇ, ਉਹਨਾਂ ਨੂੰ ਲੱਗਦਾ ਹੈ ਵੀ ਇਹ ਲੀਡਰ ਨਹੀਂ ਹੈ। ਸ਼ਰੀ, ਅਖੀਰ 'ਤੇ ਹੁਣ ਕਿਉਂਕਿ ਸਮਾਂ ਆਪਣੇ ਨੂੰ ਉੱਨੀ ਕੁ ਆਗਿਆ ਦਿੰਦਾ ਹੈਗਾ, ਜੇ ਮੌਕਾ ਮਿਲਦਾ, ਕਿਉਂਕਿ ਫਰਜ਼ ਕਰੋ ਲੋਕਾਂ ਨੇ ਹੁਣ ਆਪਣੇ ਹਿਸਾਬ ਨਾਲ ਵੋਟ ਪਾਉਣੀ ਹੈ, ਵੋਟ ਕਿੱਧਰ ਨੂੰ ਜਾਂਦੀ ਹੈ ਉਹ ਤਾਂ 10 ਤਰੀਕ ਨੂੰ ਨਤੀਜੇ ਦੱਸਣਗੇ, ਪਰ ਫਰਜ਼ ਕਰੋ ਲੋਕਾਂ ਨੇ ਤੁਹਾਡੇ 'ਤੇ ਭਰੋਸਾ ਜਿਤਾਇਆ, ਕਿਹੜੀਆਂ ਅਜਿਹੀਆਂ 5 ਚੀਜ਼ਾਂ ਨੇ ਜਿਹੜੀ ਸ਼ਹਿਰੀ ਦੇ ਦਿਮਾਗ ਦੇ ਵਿੱਚ ਚੱਲਦੀਆਂ ਨੇ ਬਟਾਲੇ ਲਈ ਸਭ ਤੋਂ ਪਹਿਲ ਦੇ ਆਧਾਰ 'ਤੇ ਕਰਨੀਆਂ? ਸਭ ਤੋਂ ਪਹਿਲ ਦੇ ਆਧਾਰ 'ਤੇ ਬਟਾਲੇ ਨੂੰ ਜ਼ਿਲ੍ਹਾ, ਦੂਸਰੀ ਮੈਡੀਕਲ ਅਵਸਥਾ,
ਤੀਸਰਾ ਆ ਜਿਹੜੀਆਂ ਸਾਡੇ ਸ਼ਹਿਰ ਦੇ ਵਿੱਚ ਇੰਡਸਟਰੀ ਜਿਹੜੀ ਸਾਡੀ ਬਿਲਕੁਲ ਡਾਊਨ ਚਲੇ ਗਈ, ਇਹਨੂੰ ਆਪਾਂ ਅਪ ਕਰਨ ਦਾ ਪੂਰਾ ਜ਼ੋਰ ਲਾਵਾਂਗੇ। ਇੱਥੋਂ ਤੱਕ ਕਿ ਵੀ ਇਸ ਅਪ ਕਰਨ ਦੇ ਬਾਰੇ ਸਾਡੀ ਇੱਥੇ ਡਿਪਟੀ ਸੀ ਐਮ ਸਾਹਿਬ ਮਨੀਸ਼ ਸਿਸੋਦੀਆ ਜੀ ਮੀਟਿੰਗ ਵੀ ਕਰ ਗਈ ਹੈ। ਚੌਥੀ ਸ਼ਹਿਰ ਦੀ ਗੰਦਗੀ ਦੂਰ ਕਰਾਂਗੇ ਤੇ ਪੰਜਵਾਂ ਮੇਨ ਇਸ ਸ਼ਹਿਰ ਦੀ ਡਿਵੈਲਪਮੈਂਟ ਕਰਕੇ ਟੂਰਿਸਟ ਪਲੇਸ ਬਣਾਉਣਾ ਚਾਹੁੰਦੇ ਵੀ ਬਾਹਰੋਂ ਲੋਕ ਆਉਣ ਇੱਥੇ, ਸਾਨੂੰ ਪੈਸੇ ਸਾਡੇ ਲੋਕਾਂ ਨੂੰ ਦੇ ਕੇ ਜਾਣ। ਹੁਣ ਰਾਜਸਥਾਨ ਕੀ ਕਰਨ ਚਾਹੀਦਾ, ਪੁਰਾਣੇ ਕਿਲੇ ਨੇ ਦੇਖਣ ਹੀ ਚਾਹੀਦਾ ਉਹਨਾਂ ਨੂੰ, ਨਾਲੇ ਪੈਸੇ ਦੇ ਨਾਲ ਉੱਥੇ ਰਹੀਦਾ, ਨਾਲ ਉਹਨਾਂ ਦੀਆਂ ਸਟੇਟਾਂ ਅਮੀਰ ਕਰੀ ਜਾਂਦੇ ਹਾਂ, ਸਾਡੇ ਬਟਾਲੇ ਵਾਲਿਆਂ ਨੂੰ ਪੈਸਾ ਕਿੱਥੋਂ ਆਊਗਾ। ਤੇ ਛੇਵੀਂ ਇੱਕ ਇੰਟਰਨੈਸ਼ਨਲ ਸਟੇਡੀਅਮ ਬਣਾਉਣਾ ਚਾਹੁੰਦੇ ਹਾਂ ਇੱਥੇ, ਜਿਹੜੇ ਬਾਹਰ ਦੀਆਂ ਸਟੇਟਾਂ ਦੇ ਮੈਚ ਇੱਥੇ ਹੋਣ, ਲੋਕ ਆਉਣ ਵੇਖਣ, ਉਹਦੇ ਨਾਲ ਨਸ਼ਾ ਕਹਿੰਦੇ ਨਸ਼ਾ ਖਤਮ ਕਰਨਾ, ਨਸ਼ਾ ਪੁਲਿਸ ਤੇ ਦਬਾਅ ਪਾ ਕੇ ਕਦੀ ਖਤਮ ਨਹੀਂ ਹੋ ਸਕਦਾ। ਨਸ਼ਾ ਖਤਮ ਉਦੋਂ ਹੋਊਗਾ ਜਦੋਂ ਖੇਡਾਂ ਨੂੰ ਪ੍ਰਮੋਟ, ਜਦੋਂ ਉਹਦੀ ਸਪਲਾਈ ਖਤਮ ਕੀਤੀ ਜਾਵੇ, ਜਦੋਂ ਉਹਦੀ ਲੋੜ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਵੇ, ਨੌਜਵਾਨ ਖੇਡਾਂ ਵਾਲੇ ਪਾਸੇ ਚਲੇ ਜਾਣ, ਭਾਵੇਂ ਸਾਹਮਣੇ ਪਿਆ ਹੋਵੇ ਨਸ਼ਾ, ਜਦੋਂ ਨੌਜਵਾਨ ਨੂੰ ਪਤਾ ਹੈ ਵੀ ਮੇਰਾ ਟੀਚਾ ਇੱਧਰ ਹੈ, ਉਹਨੇ ਜਾਣਾ ਨਹੀਂ ਉੱਧਰ। ਕਿੰਨੀਆਂ ਸੀਟਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਸੰਗਤ ਦੇ ਦਰਬਾਰ ਚ? ਪਰ ਐਰਕੀ ਮੈਨੂੰ ਇੰਨਾ ਪਤਾ ਰਿਕਾਰਡ ਤੋੜਨਗੇ ਅਗਲਾ ਪਿਛਲਾ ਸਾਰਾ। ਸ਼ੁਕਰੀਆ ਸ਼ੈਰੀ, ਤੁਸੀਂ ਸਮਾਂ ਦਿੱਤਾ। ਸੋ ਇਸ ਨਾਲ ਸ਼ੈਰੀ ਕੱਲ੍ਹ ਸੀ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਬਟਾਲੇ ਦੇ ਹਾਲਾਤ ਕੀ ਕਹਿੰਦੇ ਨੇ। ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਹਵਾ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ, ਪਰ 10 ਮਾਰਚ ਨੂੰ ਨਤੀਜੇ ਆਉਣੇ ਨੇ, ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਜਿੱਤ ਦਾ ਫਤਵਾ ਸੁਣਾਉਂਦੇ ਨੇ। ਸਹਿਯੋਗੀ ਅਮਨ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ ਬਟਾਲਾ।